ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ, ਅੱਜ ਦੀ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰੂੰਗੀ ਤੁਹਾਡੇ ਨਾਲ ਪਹਿਲ ਸਕੀਮ ਬਾਰੇ ਇੱਕ ਹੋਰ ਜਾਣਕਾਰੀ, ਮਤਲਬ ਇਹਦੇ ਫੋਰਮ ਬਾਰੇ, ਜਿਹੜਾ ਇਹਦਾ ਫੋਰਮ ਆਪਾਂ ਨੂੰ ਕਿੱਥੋਂ ਮਿਲਣਾ ਆ ਅਤੇ ਆਪਾਂ ਇਹਨੂੰ ਕਿੱਦਾਂ ਭਰਨਾ ਆ, ਠੀਕ ਆ। ਇਹ ਬਹੁਤ ਹੀ ਖਾਸ ਜਾਣਕਾਰੀ ਹੈ ਕਿਉਂਕਿ ਇਹਦੇ ਫਾਰਮ ਤੋਂ ਬਿਨਾਂ ਆਪਾਂ ਮਤਲਬ ਇਹ ਜਿਹੜੀ ਸਕੀਮ ਨਹੀਂ ਲੈ ਸਕਦੇ, ਠੀਕ ਆ। ਕਿੱਥੋਂ ਮਿਲਣਾ ਹੈ ਅਤੇ ਕਿੱਦਾਂ ਭਰਨਾ ਮੈਂ ਤੁਹਾਨੂੰ ਪ੍ਰੋਪਰ ਦੱਸੂੰਗੀ। ਇਹ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਜਾਣ ਲੈਂਦੇ ਹਾਂ ਕਿ ਪਹਿਲ ਸਕੀਮ ਹੈ ਕੀ, ਕਿਉਂਕਿ ਜਿਹੜੇ ਪਹਿਲਾਂ ਵੀ ਮੇਰੀ ਵੀਡੀਓ ਵੇਖਦੇ ਨੇ ਭੈਣ ਭਰਾ, ਉਹਨਾਂ ਨੂੰ ਪਤਾ ਆ, ਪਰ ਜਿਹੜੇ ਮੇਰੇ ਨਾਲ ਅੱਜ ਜੁੜਨਗੇ, ਅੱਜ ਪਹਿਲੀ ਵਾਰੀ ਇਹ ਵੀਡੀਓ ਦੇਖਣਗੇ, ਉਹਨਾਂ ਵਾਸਤੇ ਜਾਣਨਾ ਜ਼ਰੂਰੀ ਹੈ ਕਿ ਪਹਿਲ ਸਕੀਮ ਕੀ ਆ। ਦੇਖੋ, ਫਿਲਹਾਲ ਇਹ ਜਿਹੜੀ ਸਕੀਮ ਆ ਲੇਡੀਜ਼ ਵਾਸਤੇ ਆਈ ਆ, ਜਿਹੜੀਆਂ ਲੇਡੀਜ਼ ਸਿਲਾਈ ਦਾ ਕੰਮ ਕਰਦੀਆਂ ਨੇ ਜਾਂ ਥੋੜ੍ਹਾ ਬਹੁਤਾ ਜਾਣਦੀਆਂ ਨੇ, ਜਾਂ ਫਿਰ ਜਿਹੜੀਆਂ ਸਿਲਾਈ ਸਿੱਖਦੀਆਂ ਪਈਆਂ ਨੇ ਲੜਕੀਆਂ, ਉਹ ਵੀ ਇਹ ਜਿਹੜੀ ਸਕੀਮ ਲੈ ਸਕਦੀਆਂ ਨੇ। ਆਪਣੇ ਕੰਮ ਦੇ ਅਕੋਰਡਿੰਗ ਆਪਾਂ ਨੂੰ ਇਹਦੇ ਵਿੱਚ ਪੇਮੈਂਟ ਮਿਲਣੀ ਆ, ਮਤਲਬ ਜਿੰਨਾ ਵੀ ਤੁਸੀਂ ਹੈਵੀ ਕੰਮ ਕਰੋਗੇ ਉਨੀ ਤੁਹਾਨੂੰ ਪੇਮੈਂਟ ਜ਼ਿਆਦਾ ਮਿਲੂਗੀ। ਜਿੰਨਾ ਤੁਸੀਂ ਮਤਲਬ ਜਾਂ ਤਰਪਾਈਆਂ ਦਾ ਕੰਮ ਕਰੋਗੇ, ਬਟਨ ਲਗਾਉਣ ਦਾ ਕੰਮ ਕਰੋਗੇ ਯੂਨੀਫਾਰਮਸ ਨੂੰ, ਅਤੇ ਉਹਦੇ ਵਾਸਤੇ ਪੇਮੈਂਟ ਥੋੜ੍ਹੀ ਘੱਟ ਹੋਊਗੀ। ਜਿਹੜੀਆਂ ਮਸ਼ੀਨ 'ਤੇ ਸਿਲਾਈ ਕਰਨਗੀਆਂ ਲੇਡੀਜ਼, ਉਹਨਾਂ ਦੀ ਪੇਮੈਂਟ ਥੋੜ੍ਹੀ ਜ਼ਿਆਦਾ ਹੋਵੇਗੀ, ਅਤੇ ਆਪਾਂ ਨੂੰ ਪ੍ਰੋਪਰ ਡੇਲੀ ਕੰਮ ਮਿਲੂਗਾ, ਔਰ ਮੰਥਲੀ ਆਪਾਂ ਨੂੰ ਜਿਹੜੀ ਪੇਮੈਂਟ ਮਿਲੂਗੀ 12,000 ਤੋਂ 30,000 ਤੱਕ ਆਪਾਂ ਮਹੀਨਾ ਕਮਾ ਸਕਦੇ ਹਾਂ। ਇਹ ਤੋਂ ਵੱਧ ਵੀ ਕਮਾ ਸਕਦੇ ਹਾਂ ਜੇ ਆਪਾਂ ਓਵਰ ਟਾਈਮ ਲਗਾਈਏ। ਇਹ ਕੰਮ ਆਪਾਂ ਨੂੰ ਘਰੇ ਮਿਲਣਾ ਆ, ਘਰੇ ਕਰਨ ਵਾਸਤੇ। ਜਿਹੜੀਆਂ ਲੇਡੀਜ਼ ਘਰੋਂ ਬਾਹਰ ਜਾ ਸਕਦੀਆਂ ਨੇ, ਮਤਲਬ ਜੇ ਉਹਨਾਂ ਕੋਲ ਘੰਟਾ 2 ਘੰਟੇ 3 ਘੰਟੇ ਟਾਈਮ ਹੈਗਾ ਆ, ਫਿਰ ਤੁਸੀਂ ਇਹ ਪਹਿਲ ਸਕੀਮ ਦੇ ਜਿਹੜੇ ਸੈਂਟਰ ਬਣਨੇ ਆ ਉੱਥੇ ਜਾ ਕੇ ਵੀ ਆਪਣਾ ਕੰਮ ਕਰ ਸਕਦੇ। ਉੱਥੇ ਤੁਹਾਨੂੰ ਕੋਈ ਵੀ ਚੀਜ਼ ਘਰੋਂ ਖੜਨ ਦੀ ਜ਼ਰੂਰਤ ਨਹੀਂ ਆ, ਮਤਲਬ ਜਿੱਦਾਂ ਮਸ਼ੀਨ ਹੋ ਗਿਆ, ਕੈਂਚੀ ਹੋ ਗਈ, ਇੱਦਾਂ ਦੀਆਂ ਚੀਜ਼ਾਂ ਉਹਨਾਂ ਨੇ ਆਪ ਦੇਣੀਆਂ ਤੁਹਾਨੂੰ, ਸੈਂਟਰ ਬਣਾਉਣਗੇ ਪ੍ਰੋਪਰ। ਉੱਥੇ ਮਸ਼ੀਨਾਂ ਹੋਣਗੀਆਂ, ਹਰ ਇੱਕ ਚੀਜ਼ ਹੋਊਗੀ, ਆਪਾਂ ਬਸ ਜਾ ਕੇ ਕੰਮ ਕਰਨਾ ਆ, ਅਤੇ ਤੁਸੀਂ ਜਿੰਨਾ ਵੀ ਟਾਈਮ ਉੱਥੇ ਲਗਾ ਸਕਦੇ ਹੋ ਠੀਕ ਆ, ਬਾਕੀ ਤੁਸੀਂ ਜਿੰਨਾ ਕੰਮ ਘਰ ਜਾ ਕੇ ਕਰ ਸਕਦੇ। ਤੁਹਾਨੂੰ ਪਤਾ ਕਿ ਮੈਂ ਘਰ ਜਾ ਕੇ ਇੰਨਾ ਕੁ ਕੰਮ ਕਰ ਸਕਦੀ ਹਾਂ, ਉਹਨਾਂ ਕੰਮ ਤੁਸੀਂ ਆਪਣੇ ਘਰ ਲਿਜਾ ਸਕਦੇ ਹੋ। ਅਗਲੇ ਦਿਨ ਤੁਸੀਂ ਉਹ ਸਾਰੀਆਂ ਚੀਜ਼ਾਂ ਜਮ੍ਹਾਂ ਕਰਾਉਣੀਆਂ ਹੁੰਦੀਆਂ ਉੱਥੇ, ਅਤੇ ਉੱਥੋਂ ਤੁਹਾਨੂੰ ਹੋਰ ਕੰਮ ਮਿਲ ਜਾਏਗਾ, ਅਤੇ ਡੇਲੀ ਕੰਮ ਮਿਲੂਗਾ, ਅਤੇ ਤੁਸੀਂ ਆਪਣੇ ਕੰਮ ਦੇ ਅਕੋਰਡਿੰਗ ਪੇਮੈਂਟ ਜਿਹੜੀ ਆ ਲੈ ਸਕਦੇ ਹੋ, ਠੀਕ ਆ। ਅਤੇ ਸਭ ਤੋਂ ਪਹਿਲਾਂ ਆਪਾਂ ਨੂੰ ਮਿਲਣੀਆਂ ਨੇ ਵਰਦੀਆਂ ਸੀਣ ਵਾਸਤੇ, ਸਕੂਲਾਂ ਦੀਆਂ ਵਰਦੀਆਂ ਵੀ ਹੋ ਸਕਦੀਆਂ ਨੇ, ਕੋਈ ਜਿਸ ਤਰ੍ਹਾਂ ਨਰਸਾਂ ਦੇ ਕੋਟ ਹੁੰਦੇ ਆ ਜਾਂ ਨਰਸਾਂ ਦੀਆਂ ਯੂਨੀਫਾਰਮਸ ਹੁੰਦੀਆਂ ਨੇ, ਉਹ ਵੀ ਆਪਾਂ ਨੂੰ ਮਿਲ ਸਕਦੀਆਂ ਨੇ ਸਟਿਚ ਹੋਣ ਵਾਸਤੇ। ਪੁਲਿਸ ਵਾਲਿਆਂ ਦੀਆਂ ਜਿਹੜੀਆਂ ਵਰਦੀਆਂ ਹੁੰਦੀਆਂ ਨੇ ਉਹ ਵੀ ਮਿਲ ਸਕਦੀਆਂ ਨੇ, ਪ੍ਰਾਈਵੇਟ ਸਕੂਲਾਂ ਦੀਆਂ, ਸਰਕਾਰੀ ਸਕੂਲਾਂ ਦੀਆਂ ਵਰਦੀਆਂ ਜਿਹੜੀਆਂ ਆਪਾਂ ਨੂੰ ਉਹ ਵੀ ਸੀਣ ਵਾਸਤੇ ਮਿਲ ਸਕਦੀਆਂ ਨੇ। ਮਤਲਬ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਕੋਲ ਯੂਨੀਫਾਰਮ ਦਾ ਕੰਮ ਕਰਵਾਉਣਾ ਆ, ਠੀਕ ਆ। ਅਤੇ ਯੂਨੀਫਾਰਮ ਨੂੰ ਦੇਖੋ, ਬਟਨ ਵੀ ਲੱਗਣੇ ਆ, ਕਾਜ ਵੀ ਹੋਣੇ ਆ, ਇਸ ਕਰਕੇ ਤੁਸੀਂ ਇਹ ਨਾ ਸੋਚੋ ਕਿ ਜਿਹੜਾ ਜ਼ਿਆਦਾ ਟ੍ਰੇਨਡ ਬੰਦਾ ਬਸ ਉਹੀ ਇਹਦੇ ਵਿੱਚ ਫਾਰਮ ਭਰ ਸਕਦਾ। ਜੇ ਤੁਹਾਨੂੰ ਕੰਮ ਥੋੜ੍ਹਾ ਆਉਂਦਾ ਆ, ਘੱਟ ਆਉਂਦਾ ਆ, ਤਾਂ ਵੀ ਤੁਸੀਂ ਇਹ ਫਾਰਮ ਭਰ ਸਕਦੇ, ਤਾਂ ਤੁਹਾਨੂੰ ਤੁਹਾਡੇ ਅਕੋਰਡਿੰਗ ਕੰਮ ਮਿਲੂਗਾ। ਤੁਸੀਂ ਆਪਣੀ ਮਰਜ਼ੀ ਨਾਲ ਦੱਸ ਸਕਦੇ ਹੋ ਕਿ ਮੈਨੂੰ ਇੰਨਾ ਕੁ ਕੰਮ ਆਉਂਦਾ ਆ, ਅਤੇ ਤੁਹਾਨੂੰ ਉਹਦੇ ਅਕੋਰਡਿੰਗ ਹੀ ਕੰਮ ਮਿਲ ਜੂਗਾ, ਅਤੇ ਉਹਦੇ ਅਕੋਰਡਿੰਗ ਤੁਹਾਨੂੰ ਪੇਮੈਂਟ ਮਿਲ ਜੂਗੀ, ਠੀਕ ਆ। ਅਤੇ ਇਸ ਤੋਂ ਪਹਿਲਾਂ ਮੈਂ 2 ਵੀਡੀਓ ਬਣਾਈਆਂ ਨੇ, ਉਹਦੇ ਵਿੱਚ ਪ੍ਰੋਪਰ ਜਾਣਕਾਰੀ ਤੁਹਾਨੂੰ ਦਿੱਤੀ ਆ, ਉਹ ਵੀ ਵੀਡੀਓ ਤੁਸੀਂ ਦੇਖ ਸਕਦੇ ਹੋ। ਅਗਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਆ, ਉੱਤੇ ਆਈ ਬਟਨ 'ਤੇ ਮੈਂ ਲਿੰਕ ਦੇ ਦੂੰਗੀ, ਉੱਥੇ ਚੈੱਕ ਕਰਕੇ ਤੁਸੀਂ ਜਿਹੜੀ ਵੀਡੀਓ ਦੇਖ ਸਕਦੇ ਹੋ, ਠੀਕ ਆ। ਅਤੇ ਹੁਣ ਤੁਹਾਨੂੰ ਦੱਸਦੀ ਹਾਂ ਕਿ ਆਪਾਂ ਨੂੰ ਇਹ ਫਾਰਮ ਕਿੱਥੋਂ ਮਿਲਣੇ ਨੇ ਅਤੇ ਆਪਾਂ ਕਿੱਦਾਂ ਭਰਨੇ ਨੇ, ਜਿਹੜਾ ਮੇਨ ਟੌਪਿਕ ਹੈ ਆਪਣਾ। ਅਤੇ ਫਰੈਂਡਸ, ਇਹ ਜਿਹੜੇ ਫਾਰਮ ਆ ਆਪਾਂ ਨੂੰ ਕੰਪਿਊਟਰ ਵਾਲੀਆਂ ਦੁਕਾਨਾਂ ਤੋਂ ਮਿਲਣੇ ਨੇ, ਜਿਹੜੀਆਂ ਕੰਪਿਊਟਰ ਵਾਲੀਆਂ ਦੁਕਾਨਾਂ ਹੁੰਦੀਆਂ, ਜਿੱਦਾਂ ਆਪਾਂ ਆਧਾਰ ਕਾਰਡ ਬਣਵਾਉਂਦੇ ਹਾਂ, ਫੋਟੋ ਸਟੇਟ ਕਰਵਾਉਂਦੇ ਹਾਂ, ਆਪਣਾ ਕੋਈ ਵੀ ਡਾਕੂਮੈਂਟ, ਕੋਈ ਵੀ ਕਾਗਜ਼ ਆਪਾਂ ਫੋਟੋ ਸਟੇਟ ਜਿੱਥੋਂ ਕਰਵਾਉਂਦੇ ਹਾਂ ਉੱਥੋਂ ਮਿਲਣੇ ਆ, ਠੀਕ ਆ। ਅਤੇ ਤੁਸੀਂ ਆਪਣੇ ਨਜ਼ਦੀਕੀ ਜਿਹੜੇ ਫੋਟੋ ਸਟੇਟ ਵਾਲੇ ਆ, ਤੁਸੀਂ ਉੱਥੇ ਜਾ ਕੇ ਪਤਾ ਕਰੋ, ਅਤੇ
ਤੇ ਇਹ ਜਿਹੜਾ ਫਾਰਮ ਆ ਭਰਨਾ ਵੀ ਬਹੁਤ ਆਸਾਨ ਆ, ਉਹਨਾਂ ਨੇ ਆਪ ਤੁਹਾਨੂੰ ਭਰ ਦੇਣਾ। ਜਿਹੜੀ ਦੁਕਾਨ ਤੋਂ ਤੁਸੀਂ ਫਾਰਮ ਲਓਗੇ ਉਹਨਾਂ ਨੇ ਆਪ ਹੀ ਤੁਹਾਨੂੰ ਇਹ ਫਾਰਮ ਭਰ ਦੇਣਾ ਆ। ਨੋਰਮਲ ਚੀਜ਼ਾਂ ਬਸ ਤੁਹਾਡਾ ਨਾਮ, ਐਡਰੈਸ ਵਗੈਰਾ, ਤੁਹਾਡੀ ਏਜ, ਇਹ ਚੀਜ਼ਾਂ ਉਹਨਾਂ ਨੇ ਸਿਰਫ ਨੋਟ ਕਰਨੀਆਂ ਨੇ ਔਰ ਫਾਰਮ ਭਰ ਕੇ ਤੁਸੀਂ ਉਹਨਾਂ ਨੂੰ ਹੀ ਦੇ ਆਉਣਾ ਆ ਅਤੇ ਉਹਨਾਂ ਨੇ ਆਪ ਹੀ ਤੁਹਾਡਾ ਅੱਗੇ ਜਮ੍ਹਾਂ ਕਰਾ ਦੇਣਾ। ਕੋਈ ਇਹਦੇ ਵਿੱਚ ਝੰਝਟ ਵਾਲੀ ਗੱਲ ਨਹੀਂ ਹੈ, ਤੁਸੀਂ ਬਸ ਜਾ ਕੇ ਪਤਾ ਕਰੋ ਜਿਹੜੀ। ਅਤੇ ਫਰੈਂਡਸ ਇਹ ਜਿਹੜੀ ਸਕੀਮ ਆਪਾਂ ਨੂੰ ਪਤਾ ਲੱਗਣੀ ਹੈ ਬਾਲਵਾੜੀ 'ਚੋਂ, ਆਂਗਨਵਾੜੀ 'ਚੋਂ, ਜਦੋਂ ਤੁਹਾਡੇ ਆਂਗਨਵਾੜੀ ਵਾਲੇ ਕਹਿ ਦੇਣਗੇ ਕਿ ਹਾਂਜੀ ਇਹ ਸਕੀਮ ਆਈ ਹੈ, ਫਿਰ ਤੁਸੀਂ ਆਪਣਾ ਫਾਰਮ ਜਾ ਕੇ ਆਪਣੇ ਕੰਪਿਊਟਰ ਵਾਲੀ ਦੁਕਾਨ 'ਤੇ ਜਾਣਾ, ਉੱਥੇ ਜਾ ਕੇ ਫਾਰਮ ਲੈਣਾ ਆ, ਭਰਨਾ ਆ ਅਤੇ ਫਿਰ ਉਹਨਾਂ ਨੂੰ ਦੇ ਆਉਣਾ ਆ, ਉਹਨਾਂ ਨੇ ਤੁਹਾਡਾ ਇਹ ਜਿਹੜਾ ਫਾਰਮ ਆ ਅੱਗੇ ਸਬਮਿਟ ਕਰ ਦੇਣਾ ਹੈ ਔਰ ਇਹ ਸਕੀਮ ਦਾ ਤੁਸੀਂ ਲਾਭ ਉਠਾ ਸਕਦੇ ਹੋ ਇਸ ਤਰੀਕੇ ਦੇ ਨਾਲ। ਸੋ ਫਰੈਂਡਸ ਅਗਲੀ ਵੀਡੀਓ ਦੇ ਵਿੱਚ ਮੈਂ ਲੈ ਕੇ ਆਵਾਂਗੀ ਹੋਰ ਕੋਈ ਨਵੀਂ ਇਨਫੋਰਮੇਸ਼ਨ ਇਸ ਸਕੀਮ ਬਾਰੇ। ਸੋ ਵੀਡੀਓ ਸੋ ਚੈਨਲ 'ਤੇ ਬਣੇ ਰਹੋ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ। ਵੀਡੀਓ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।